ਬੀਜੇਪੀ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ। ਸ਼ੀਤਲ ਉਗਰਾਲ ਦੇ ਹੱਕ ਦੇ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੋਰੀ ਚੋਣ ਪ੍ਰਚਾਰ ਕਰ ਰਹੇ ਨੇ, ਔਰ ਦੂਸਰੀ ਤਰਫ ਇਹ ਵੀ ਚਰਚਾ ਹੈ ਕਿ ਪਿਛਲੇ ਸਮੇਂ ਦੌਰਾਨ ਯਾਨੀ ਕਿ ਸਵੇਰੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਝੜੇ ਦੇ ਜਿਹੜੇ ਉਮੀਦਵਾਰ ਸੀ ਉਹ ਵਾਪਸ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੁੰਦੇ, ਔਰ ਰਾਤ ਦਾ ਸਮਾਂ ਜਿਹੜਾ ਹੈਗਾ ਉਹ ਅੱਜ ਫਿਰ ਵਾਪਸ ਆਮ ਅਕਾਲੀ ਦਲ 'ਚ ਸ਼ਾਮਿਲ ਹੁੰਦੇ ਨੇ। ਜਾਖੜ ਸਾਹਿਬ ਨੂੰ, ਜਾਖੜ ਸਾਹਿਬ ਕਿਵੇਂ ਦੇਖਦੇ ਹੋ, ਉਮੀਦਵਾਰ ਸਵੇਰੇ ਅਕਾਲੀ ਦਲ 'ਚ ਸੀ, ਦੁਪਹਿਰੇ ਆਮ ਆਦਮੀ ਪਾਰਟੀ 'ਚ ਗਿਆ ਅਕਾਲੀ ਦਲ ਦਾ, ਰਾਤੀ ਫਿਰ ਹੁਣ ਵਾਪਸ ਅਕਾਲੀ ਦਲ 'ਚ ਵਾਪਸ ਆ ਗਏ? ਮੈਂ ਸਮਝਦਾ ਵੀ ਅਕਾਲੀ ਦਲ ਜਿਸ ਤਰ੍ਹਾਂ ਖੇਰੂ ਹੋ ਰਿਹਾ ਨਾ, ਉਹਦੇ ਸੰਕੇਤ ਹੈ ਸਭ। ਇਹ ਅਜੇ ਵੀ ਨਹੀਂ ਪੜ ਰਿਹਾ, ਅਜੇ ਵੀ ਦੋਸ਼ ਕਿਤੇ ਹੋਰ ਲਾਈ ਜਾਂਦੇ ਵੀ ਸਾਨੂੰ ਬੀਜੇਪੀ ਨੇ ਮਾਰਤਾ। ਤੁਸੀਂ ਆਪਣਾ ਆਪ ਘਰ ਸੰਭਾਲ ਕੇ ਦੇਖੋ ਸਭ, ਇਸ ਤੋਂ ਜ਼ਿਆਦਾ ਹੋਰ ਕੀ ਜਲਾਲਤ ਹੋ ਸਕਦੀ ਹੈ ਵੀ ਇੱਕ ਵਾਰ ਚਲੇ ਗਏ, ਸਵੇਰੇ ਗਏ, ਸ਼ਾਮ ਨੂੰ ਆ ਗਏ, ਉਹਨਾਂ ਨੂੰ ਫਿਰ ਤੁਸੀਂ ਲੈ ਰਹੇ ਹੋ। ਤੁਹਾਡੇ ਮੈਂਬਰ ਹੈ, ਤੁਹਾਨੂੰ ਮੁਬਾਰਕ, ਪਰ ਤੁਸੀਂ ਪੰਜਾਬ ਦੇ ਨਾਲ ਜਿਸ ਕਿਸਮ ਦਾ ਤੁਸੀਂ ਅੱਜ ਕੱਲ੍ਹ ਤੁਹਾਡਾ ਰਵੱਈਆ ਚੱਲ ਰਿਹਾ, ਤੁਸੀਂ ਜਿਹਨਾਂ ਲੋਕਾਂ ਨੂੰ ਕੱਲ੍ਹ ਤਾਂ ਪਿੱਠੂ ਦੱਸ ਰਹੇ ਸੀਗੇ ਬੀਜੇਪੀ ਦੇ, ਅੱਜ ਉਹਨਾਂ ਵਾਸਤੇ ਲੜਾਈ ਲੜ ਰਹੇ ਹੋ, ਅਤੇ ਹੁਣ ਜਦੋਂ ਬਾਗੀ ਦਲ ਉਹਨਾਂ ਕੋਲ ਗਿਆ, ਤੁਹਾਨੂੰ ਫਿਰ ਉਹ ਲੋਕ ਬੀਜੇਪੀ ਦੇ ਏਜੰਟ ਨਜ਼ਰ ਆਉਣ ਲੱਗੇ। ਪੰਜਾਬ ਦੇ ਅੰਦਰ ਆਪਣੀ ਕੁਰਸੀ ਬਚਾਉਣ ਵਾਸਤੇ ਅੱਗ ਲਾਉਣ ਦਾ ਕੋਸ਼ਿਸ਼ ਨਾ ਕਰੋ, ਮੇਰੀ ਤਾਂ ਇੰਨੀ ਬੇਨਤੀ ਹੈ ਸੁਖਬੀਰ ਜੀ ਨੂੰ। ਇਹ ਪਾਰਟੀਆਂ ਅਤੇ ਇਹ ਕੰਮ ਚੱਲਦੇ ਰਹਿੰਦੇ ਆ, ਪੰਜਾਬ ਨੇ ਇੱਥੇ ਰਹਿਣਾ, ਤੁਸੀਂ ਆਪਣਾ ਮਨ ਸਾਫ਼ ਕਰੋ ਅਤੇ ਉਹਦੇ ਬਾਅਦ ਕੋਈ ਗੱਲ ਕਰੋ, ਨਹੀਂ ਤਾਂ ਰੋਜ਼ ਜੋ ਅੱਜ ਤੁਹਾਡੇ ਨਾਲ ਹੋ ਰਿਹਾ, ਜਿਸ ਤਰ੍ਹਾਂ ਤੁਹਾਡੇ ਕੈਂਡੀਡੇਟ ਸਾਹਿਬ ਗਏ ਹੈ ਜਾਂ ਵਾਪਸ ਆਏ ਹੈ, ਉਹ ਕਿਤੇ ਸ਼ਾਮ ਨੂੰ ਇਕੱਲੇ ਬੈਠ ਕੇ ਸੋਚ ਕੇ ਦੇਖਿਓ ਹੋ ਕੀ ਰਿਹਾ ਤੁਹਾਡੇ ਨਾਲ। ਬੀਜੇਪੀ ਦੇ ਵਿੱਚ ਅੱਜ ਚੋਣ ਪ੍ਰਚਾਰ ਕਰ ਰਹੇ ਹੋ, ਸਿਚੁਏਸ਼ਨ ਕਿੱਥੇ ਖੜੀ ਹੈ ਬੀਜੇਪੀ ਦੀ? ਜਲੰਧਰ ਦੇ ਵਿੱਚ ਉਮੀਦਵਾਰ ਜਿਹੜਾ ਹੈਗਾ ਸ਼ੀਤਲ ਉਗਰਾਲ, ਉਹ ਵੀ ਕਹਿੰਦੇ ਵੀ ਧਮਕੀਆਂ ਦੇ ਰਹੇ ਆ, ਲੋਕ ਜਿਹੜੇ ਸਮਰਥਕ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ। ਕੌਣ ਕਿਹਨੂੰ ਧਮਕੀ ਦੇਊਗਾ ਸਾਹਿਬ? ਦੇਖੋ, ਧਮਕੀ ਤਾਂ ਮੈਨੂੰ ਅੱਜ ਪਤਾ ਲੱਗਿਆ ਵੀ ਭਗਵੰਤ ਮਾਨ ਜੀ ਨੇ ਪਹਿਲਾਂ ਕਿਸੇ ਵਕੀਲ ਨਾਲ ਰਾਏ ਕੀਤੀ ਵੀ ਸ਼ੀਤਲ ਉਗਰਾਲ 'ਤੇ ਕੋ ਆਹ ਪਰਚਾ ਹੋ ਸਕਦਾ, ਵੀ ਉਹਨਾਂ ਨੇ ਸ਼ੀਤਲ ਨੇ ਮੈਨੂੰ ਧਮਕਾਇਆ ਵੀ ਮੇਰੇ ਨਾਲ ਬੈਠ ਕੇ ਡਿਬੇਟ ਕਰੋ, ਕਿਉਂਕਿ ਭਗਵੰਤ ਮਾਨ ਜੀ ਨੂੰ ਆਦਤ ਪਈ ਹੈ ਕਾਂਗਰਸੀ ਲੀਡਰਾਂ ਨੂੰ ਕਹਿਣ ਦੀ ਵੀ ਮੇਰੀ ਅੱਖ 'ਚ ਅੱਖ ਪਾ ਕੇ ਗੱਲ ਕਰੋ, ਅਤੇ ਕਾਂਗਰਸੀ ਲੀਡਰਾਂ ਦੀ ਹਿੰਮਤ ਨਹੀਂ ਹੁੰਦੀ, ਚਾਹੇ ਉਹਨਾਂ ਦੇ ਪ੍ਰਧਾਨ ਹੋਣ, ਚਾਹੇ CLP ਲੀਡਰ ਹੋਣ, ਚਾਹੇ ਉਹਨਾਂ ਦੇ ਫਾਰਮਰ ਡਿਪਟੀ ਚੀਫ ਮਿਨਿਸਟਰ ਹੋਣ, ਨੀਵੀਆਂ ਪਾ ਲੈਂਦੇ ਹੈ। ਅਤੇ ਦੂਜੇ ਪਾਸੇ ਸਾਡੇ ਕੋਲ ਸ਼ੀਤਲ ਉਗਰਾਲ ਜੀ ਹੈ, ਉਹ ਕਹਿੰਦੇ ਆ ਤੂੰ ਮੇਰੀ ਅੱਖ 'ਚ ਅੱਖ ਪਾ ਕੇ ਗੱਲ ਕਰ, ਡਿਬੇਟ 'ਚ ਬੈਠ ਕੇ ਗੱਲ ਕਰ। ਪਹਿਲੀ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਨੇ ਵੰਗਾਰਿਆ ਹੈ, ਉਹਨਾਂ ਬੰਦਿਆਂ ਨੂੰ ਧਮਕਾਊਗਾ ਕੌਣ ਸਾਹਿਬ? ਧਮਕਾਊਗਾ ਕੌਣ? ਹਾਂ, ਰੂਲ ਆਫ ਲਾਅ ਹੈ, ਇਹ ਨਹੀਂ ਵੀ ਇੱਥੇ ਕੋਈ ਆ ਕੇ ਕਿਸੇ ਨੂੰ ਵਰਕਰਾਂ ਨੂੰ ਧਮਕਾ ਦੇਊਗਾ, ਨਹੀਂ ਧਮਕਾ ਦੇਊਗਾ, ਉਹਨਾਂ ਦੇ ਹਿੰਮਤ ਹੈ ਨਹੀਂ। ਮੈਂ ਨਹੀਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਚੈਲੰਜ ਕਬੂਲ ਕਰਨਗੇ ਅਤੇ ਇਹਨਾਂ ਦੇ ਨਾਲ ਬੈਠ ਕੇ ਅੱਖਾਂ 'ਚ ਅੱਖ ਪਾ ਕੇ ਗੱਲ ਕਰਨਗੇ ਸ਼ੀਤਲ ਜੀ ਦੇ, ਕਿਉਂਕਿ ਜਿਹੜੀਆਂ ਗੱਲਾਂ ਇਹਨਾਂ ਨੇ ਤਫਸੀਲ ਨਾਲ ਦੱਸੀਆਂ ਉਹ ਬਿਹਤਰ ਹੈ। ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਪਰਿਵਾਰ ਇਹਨਾਂ ਕੰਮਾਂ 'ਚ ਵਿਚਾਲੇ ਆਵੇ, ਕਿਉਂਕਿ ਪਰਿਵਾਰਾਂ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ। ਪਰ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕਰਪਸ਼ਨ ਦਾ ਬੋਲਬਾਲਾ ਹੈ ਅਤੇ ਪਹਿਲਾਂ ਨਾਲੋਂ ਕਰਪਸ਼ਨ ਮਹਿੰਗੀ ਹੋ ਗਈ ਹੈ, ਖਤਮ ਨਹੀਂ ਹੋਈ, ਮਹਿੰਗੀ ਹੋ ਗਈ, ਜਿਸ ਤਰ੍ਹਾਂ ਨਸ਼ਾ ਵਿਕ ਰਿਹਾ ਉਹਦੀ ਸਜ਼ਾ ਕਿਤੇ ਨਾ ਕਿਤੇ ਤਾਂ ਮਿਲੂਗੀ। ਪੰਜਾਬ ਦੇ ਲੋਕ ਅੱਕੀ ਬੈਠੇ ਹੈ ਅਤੇ ਮੈਨੂੰ ਲੱਗਦਾ ਹੈ ਜਲੰਧਰ ਵੈਸਟ ਤੋਂ ਇੱਕ ਸੁਨੇਹਾ ਜਾਊਗਾ, ਔਰ ਨਹੀਂ ਬਸ, ਔਰ ਨਹੀਂ ਬਸ, ਇੱਥੇ ਬੰਦ ਫੁੱਲ ਸਟੋਪ। ਤਮਾਮ ਜਿਹੜੇ ਇੱਕ ਪਾਸੇ ਪ੍ਰਚਾਰ ਹੋ ਰਿਹਾ ਬੀਜੇਪੀ ਜਲੰਧਰ ਵੈਸਟ ਦੇ ਹਲਕੇ ਜਿਮਨੀ ਚੋਣ ਨੂੰ ਲੈ ਕੇ, ਉੱਥੇ ਹੀ ਸੁਨੀਲ ਜਾਖੜ ਜਿਹੜੇ ਪਹੁੰਚੇ ਆ, ਤਮਾਮ ਗੱਲਾਂ ਦੇ ਉੱਪਰ ਪਰਦਾ ਚੁੱਕੇ ਹੋਏ, ਤੰਜ ਵੀ ਕੱਸਿਆ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕਾਂਗ, ਦੈਨਿਕ ਸਵਰਾ TV ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।